ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਗਦੀਸ਼ ਦੇ ਫਿਲਮ 'ਤੇ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਅੱਜ ਆਪਣੇ ਕੋਲ ਚਾਰ ਝੋਟੀਆਂ ਪਹੁੰਚੀਆਂ ਨੇ ਅਤੇ ਕੋਈ ਤਾਜ਼ੀਆਂ ਸੂਈਆਂ ਅਤੇ ਇੱਕ ਗੱਬਣ ਹੈ ਅਤੇ ਇੱਕ ਤੁੱਕੜ ਗੱਬਣ ਆਪਣੇ ਕੋਲ। ਅਤੇ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਅਤੇ ਲੈਂਦੇ ਹਾਂ ਰੇਟ ਕਲੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵਧੀਆ ਵਧੀਆ ਬਾਈ ਜੀ। ਹਾਂਜੀ ਹਾਂਜੀ ਬਾਈ ਜੀ। ਹਾਂਜੀ ਬਾਈ ਜੀ ਹਾਂਜੀ 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 ਪਤਾ ਲੱਗ ਜਾਂਦਾ ਪਹਿਲੀ ਤੋਂ ਗੱਲ ਕਰ ਲਈ ਆਪਾਂ ਬਾਈ ਜੀ, ਠੀਕ ਹੈ ਬਾਈ ਜੀ। ਹਾਂਜੀ 9 ਕਿਲੋ ਦੁੱਧ ਬਾਈ ਜੀ। ਤੇ ਬਾਕੀ ਝੋਟੀ ਵੀ ਬਿਲਕੁਲ ਮਤਲਬ ਡੇਰੀ ਚੋਂ ਨਿਕਲ ਕੇ ਆਈ ਆ। ਹਾਂਜੀ ਬਾਈ, ਪਤਾ ਜੀ ਉੱਥੋਂ ਡੇਰੀ ਚੋਂ ਜਦੋਂ ਥੋੜ੍ਹਾ ਪਸ਼ੂ ਨਿਕਲਦਾ ਥੋੜ੍ਹਾ ਲਸੇਰਾ ਪਾਉਂਦੇ ਜ਼ਰੂਰ ਉੱਥੇ ਅੰਦਰ। ਹਾਂਜੀ ਹਾਂਜੀ ਹਾਂਜੀ, ਫਿਰ ਜ਼ਿਆਦਾ ਮਾਲ ਦੇ ਵਿੱਚ ਤੁਹਾਨੂੰ ਪਤਾ ਫਿਰ ਥੋੜ੍ਹਾ ਜਿਹਾ ਹੋ ਜਾਂਦਾ ਵਾ। ਅਤੇ ਬਾਕੀ ਝੋਟੀ ਆਪਾਂ ਖੋਲ੍ਹ ਕੇ ਦਿਖਾ ਦਿੰਦੇ ਹਾਂ। ਕੈਮਰੇ ਤੋਂ ਥੋੜ੍ਹਾ ਡਰਦੀ ਆ, ਦੇਖੋ ਜੀ ਖੋਲ੍ਹ ਕੇ ਤੋਰਦੀ ਆ। ਬਾਕੀ ਥਾਂ ਥੂੰ ਦੀ ਕੁਆਲਿਟੀ ਬਹੁਤ ਚੰਗੀ ਆ, ਥੋੜ੍ਹਾ ਜਿਹਾ ਕੈਮਰੇ ਤੋਂ ਡਰਦੀ ਆ। ਬਾਕੀ ਪਿੱਠ ਪੁੜੇ ਦੀ ਬਹੁਤ ਚੰਗੀ ਆ ਝੋਟੀ ਜਿਹੜੀ। ਦੇਖੋ ਜੀ 7 ਮਹੀਨੇ ਦੀ ਚੈੱਕ ਪਾਸ ਲੈ ਬਾਈ, ਲੈ 7 ਮਹੀਨੇ ਚੈੱਕ ਪਾਸ ਅਤੇ 9 ਕਿਲੋ ਬਾਈ ਜੀ ਦੱਸ ਰਹੇ ਆ। ਅਤੇ ਬਾਕੀ ਰੇਟ ਬਾਈ ਜੀ ਨਾਲ ਦੱਸ ਹੀ ਦੇਣਾ ਵਾ। ਅਤੇ ਬਾਕੀ ਅਟਰ ਦੀ ਕੁਆਲਿਟੀ ਬਹੁਤ ਚੰਗੀ ਆ। ਅਤੇ ਬਾਈ ਫਿਰ ਮੁੱਲੇ ਦਾ ਮੁੱਲ ਝੋਟੀ ਆ, ਫਿਰ ਝੋਟੀ ਦੇ ਬੜੀ ਕੀਮਤ ਦੀ ਥੋੜ੍ਹੀ ਜਿਹੀ ਸੇਰਾ ਪਾ ਰਹਿ ਗਿਆ। ਹਾਂਜੀ 3 ਮਹੀਨੇ ਸਾਂਭ ਹੈਗੀ ਆ। ਹਾਂਜੀ ਬਾਈ ਜੀ, ਸਰੀਰ ਹੁੰਦੇ। ਹਾਂਜੀ ਬਾਈ ਜੀ, ਇਹ ਵੀ ਮੁੱਲ ਤੇ ਮਤਲਬ 95 ਕਰਦੇ ਆ। ਹਾਂਜੀ ਬਾਈ ਜੀ, ਕੋਈ ਛੋਟ ਛੜਾ ਕਰ ਦਾਂਗੇ ਮਤਲਬ 5 ਛੱਡ ਦਈਏ ਬਾਈ ਜੀ। 90,000 ਦੀ ਝੋਟੀ ਹੈਗੀ ਬਾਈ ਜੀ, 7 ਮਹੀਨੇ ਦੀ ਚੈੱਕ ਪਾਸ ਆ। ਬਾਕੀ ਮਿਲਕ ਪੈਂਟ ਬਹੁਤ ਚੰਗੀ ਲੱਗੀ ਆ ਵੀਰੇ, ਜਿਹੜੀ ਕੱਲ ਪਰਸੋਂ ਪਾਈ ਸੀ। ਹਾਂਜੀ ਬਾਈ ਜੀ, ਉਹ ਵੀ ਮਤਲਬ 7 ਮਹੀਨੇ ਸਾਡੇ ਕੋਲ ਕੱਪਣੀ। ਹਾਂਜੀ ਬਾਈ ਜੀ, ਤੇ ਮੇਰੇ ਸਾਹ ਨਾਲ ਉਹਦੀਆਂ ਵੀ ਇੱਦਾਂ ਅਨਾਸਾਂ ਜਿਹੜੀਆਂ ਨਾ ਜਿਹੜੀ ਗੱਲ ਕਰਨ ਵਾਲੀ ਆ ਨਸਾਂ। ਹਾਂਜੀ ਹਾਂਜੀ, ਐਚ ਐਫ ਗਾਈਆਂ ਨੂੰ ਜਿੱਦਾਂ ਲੱਗਦੀ ਇੱਦਾਂ ਲੱਗਦੀਆਂ। ਹਾਂਜੀ ਹਾਂਜੀ ਹਾਂਜੀ, ਸਾਰੀਆਂ ਸਾਡੇ ਕੋਲ ਪਹਿਲੇ ਬਰੀਡਰ ਸਾਡੇ ਕੋਲ ਨਿਕਲ ਕੇ ਗਈਆਂ ਤੇ ਜਿਹੜੀ ਗੱਲ ਕਰ ਬਰੀਡ ਦੇ ਬਾਈ ਜੀ, ਮੈਂ ਧੋਖੜ ਨਹੀਂ ਲੈਂਦੇ ਜਿੱਦਾਂ ਮੈਂ ਜਿਹੜੀ ਧੋਖੜ ਲੈ ਲਈ। ਹਾਂਜੀ ਬਾਈ ਜੀ, ਸਾਡੇ ਕੋਲ ਗਈ ਹੋਵੇ ਆਪਾਂ ਜਿਹੜੀ ਆਪਣੇ ਕੋਲ ਦਿੱਤੀ ਹੋਈ ਉਹਨੂੰ ਵਾਪਸ ਨਹੀਂ ਦਿੱਤੀ। ਸਹੀ ਗੱਲ ਬਾਈ, ਸਹੀ ਗੱਲ। ਤੇ ਇਹ ਫਿਰ 90 ਦੀ 90,000 ਦੀ ਦੇ ਦਾਂਗੇ ਝੋਟੀ ਵੀ ਬਾਲੀ ਚੰਗੀ ਜਿਹੜੀ ਗੱਲ ਕਰ ਬ੍ਰਾਂਡ ਥਾਪੀ ਦੇ ਮਿਲਦੀ ਬਿਲਕੁਲ। ਥੋੜਾ ਡਰਦੀ ਹੈ ਵੀ ਕੈਮਰੇ ਤੋਂ, ਤੇ ਖੋਲ ਕੇ ਤੋਰ ਦਿੰਦੇ ਆ ਦਿਖਾ ਦਿੰਦੇ ਆ। ਬਾਕੀ ਕਰਦੇ ਆ ਬਾਈ ਜੀ ਨੂੰ ਪੁੱਛਦੇ ਆ। ਤੇ ਬਾਕੀ ਜਿਹੜਾ ਥਾਂ ਥੂੰ ਬਹੁਤ ਪਿਆਰਾ ਲੱਗਾ ਇਹਨੂੰ, ਐਂ ਜਿੱਦਾਂ ਥੱਲੇ ਐਦਾਂ ਬਣੂਗੀ ਜਿੱਦਾਂ ਐਚ ਐਫ ਗਈਆਂ ਦਿੰਦੀਆਂ। ਹੁਣ ਇਹ ਬਾਈ ਜੀ ਫੁੱਟ ਫੁੱਟ ਬਾਹਰ ਹੀ ਤੁਰੀ ਫਿਰਦੀ ਝੋਟੀ, ਆਸਤੇ ਆਸਤੇ ਤੁਰੀ ਬਾਈ, ਆਸਤੇ ਆਸਤੇ। ਪਿੱਠ ਪੂਰਾ ਬਹੁਤ ਚੰਗਾ ਅਤੇ 9 ਕਿਲੋ ਥਾਂ ਆ ਗਿਆ ਜੀ ਬਾਈ ਜੀ। ਲੈ 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 ਵੀਰੇ, ਲੈ ਆ ਸਿੰਘ ਸੁੰਘ ਦੀ ਕੁਆਲਿਟੀ ਬਹੁਤ ਚੰਗੀ ਆ, ਹਾਈਟ ਲੈਂਥ। ਬਾਕੀ 2-4 ਦਿਨ ਲੈ ਜਾਏਗੀ ਇਹ ਝੋਟੀ, ਬਾਕੀ ਤੁਰਨਾ ਵੀ ਔਖਾ ਹੋ ਜਾਏਗਾ ਝੋਟੀ ਕੋਲ। ਅਤੇ ਬਾਈ ਦੁੱਧ ਅੰਦਰ ਕੱਢ ਕਿੰਨਾ ਕਰਿਆ ਫਿਰ? ਦੁੱਧ ਪਹਿਲੇ ਬਲੂਨ ਨੇ 15 ਕਿਲੋ ਦਿੱਤਾ। ਅੱਛਾ ਜੀ, 15 ਕਿਲੋ। ਅਤੇ ਐਲਕਾਂ 'ਚ ਬਾਈ ਜੀ 16-17 ਕਿਲੋ ਬਾਈ ਜੀ। ਬਾਕੀ ਬਰੀਡ ਬਰੂ ਬਹੁਤ ਹੈ, ਕਾਗੀ ਵਰਗੀ ਬਿਲਕੁਲ ਐਂ ਕਾਗੀ ਵਰਗੀ ਆ। ਹਾਂਜੀ 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 ਬਾਈ ਜੀ। ਅਤੇ ਮੁੱਲ ਫਿਰ ਬਾਈ ਜੀ ਇਹਦਾ?
ਮੇਰਾ ਉਦਲਾ ਛੱਡ ਦੀ ਬਾਈ ਜੀ, ਇੱਕ ਅੱਸੀ ਦੀ ਝੋਟੀ ਹੈਗੀ ਜੀ, ਸਹੀ ਗੱਲ ਹੈ ਬਾਈ ਜੀ। ਬਾਕੀ ਐਂ ਜੇ ਚਾਰ ਸਵੇਰੇ ਕਦੀ ਦੇਖ ਲਈਏ ਅਤੇ ਐਂ ਕਾਗੀ ਵਰਗੀ ਜਿਹਨੂੰ ਕਹਿੰਦੇ ਨੇ, ਬਾਕੀ ਅੱਧੀ ਕੁਆਲਿਟੀ ਤੁਹਾਨੂੰ ਫਿਰ ਦਿਖਾ ਦਿੰਦੇ ਇੱਕ ਵਾਰੀ, ਅਤੇ ਨੋਗਲਾ ਥਾਣਾ ਆ ਗਿਆ ਜੋ, ਅਤੇ 1.85 ਮੁੱਲ ਹੈ ਅਤੇ 5,000 ਰੁਪਈਏ ਛੋੜ ਹੈ, 1,80 ਦੀ ਬਾਈ ਜੀ ਨੂੰ ਦੇ ਦੇਣਗੇ। ਬਾਕੀ ਸਿੰਘ ਸੁੰਘ ਦੀ ਕੁਆਲਿਟੀ ਬਹੁਤ ਚੰਗੀ ਆ। ਅਤੇ ਅੱਗੇ 3 ਨੰਬਰ 'ਤੇ ਆ ਗਈ ਬਾਈ ਜੀ, ਹਾਂਜੀ ਬਾਈ ਜੀ, ਇਹ ਦੁੱਧ ਕਿੰਨਾ ਬਾਈ ਇਹਦਾ? 12 ਕਿਲੋ ਦੁੱਧ ਹੈਗਾ ਤਿਆਰ। ਅੱਛਾ ਜੀ, 12 ਕਿਲੋ ਦੁੱਧ ਤਿਆਰ। ਬਾਕੀ ਪਿੱਠ ਪੁੜੇ ਦੀ ਬਹੁਤ ਚੰਗੀ ਆ, ਅਤੇ ਇਹਨੂੰ ਖੋਲ੍ਹ ਕੇ ਤੋਰਦੇ ਬਾਈ ਇਹਨੂੰ ਫਿਰ? ਅੱਛਾ ਜੀ, 1 ਮਹੀਨਾ? ਅੱਛਾ, ਮਹੀਨੇ ਦਾ ਬੱਚਾ ਜੋ ਮਗਰ। ਅਤੇ 12 ਕਿਲੋ ਬਿਲਕੁਲ ਤਿਆਰ ਹੈ। ਅਤੇ ਬਾਕੀ ਕੁਆਲਿਟੀ ਕੁਵਲਟੀ ਬਹੁਤ ਚੰਗੀ ਆ, ਅਤੇ ਸਿੰਘ ਸੁੰਘ ਦੀ ਕੁਆਲਿਟੀ, ਅਤੇ ਪਿੱਠ ਪੁੜੇ ਦੀ ਬਹੁਤ ਚੰਗੀ, ਅਤੇ ਥਣ ਥੁਣ ਬਹੁਤ ਪਿਆਰਾ ਲੱਗਾ ਵਾ, ਅਤੇ ਬਾਕੀ ਫਿਟਿੰਗ ਦੇ ਵਿੱਚ ਜਿਹੜਾ ਬਿਲਕੁਲ। ਹਾਂਜੀ ਹਾਂਜੀ, ਅੱਛਾ ਜੀ। ਬਾਕੀ ਐਂ ਦੇਖੋ ਜੀ, ਨਿੱਘੇ ਨਿੱਘੇ ਭਾਅ ਪਾਈ ਨਹੀਂ ਆਉਂਦੇ ਆ, ਬਾਕੀ ਕੈਮਰੇ ਤੋਂ ਥੋੜ੍ਹਾ ਡਰਦੀ ਆ। ਬਾਕੀ ਪਿੱਠ ਪੁੜੇ ਦੀ ਬਹੁਤ ਚੰਗੀ ਆ। ਲਓ ਲਓ ਵੀਰ ਜੀ, ਲਓ ਬਾਕੀ ਹਾਈਟ ਹੂਈਟ, ਬਾਕੀ ਬੋਡੀ ਕੁਆਲ ਬਹੁਤ ਚੰਗਾ ਵਾ ਜੀ। ਦੇਖੇ ਕੁਆਲਿਟੀ ਕੱਢ ਦੀ, ਅਤੇ ਪਿੱਠ ਪੂਰਾ ਬਹੁਤ ਚੰਗਾ ਆ। ਅਤੇ ਮੁੱਲ ਫਿਰ ਬਾਈ ਇਹਦਾ ਕੀ ਕਰਦੇ ਜੋ? ਜੈ ਜੀ, ਅੱਜ ਕਿੰਨਾ? 1.5 ਦੀ? ਮੈਂ ਜਾਣ ਦੋ ਪੂਰੇ ਦੀ, ਨਹੀਂ ਜਾਣ ਦੋ ਬਾਈ ਜੀ, ਪੂਰੇ ਲੱਖ ਦੀ ਝੋਟੀ ਹੈਗੀ ਜੋ ਬਾਈ ਜੀ। ਭਾਅ ਨਿਕਲ ਗਏ ਜੋ, ਬਾਕੀ ਕੁਆਲਿਟੀ ਕੁਆਲਿਟੀ ਬਹੁਤ ਚੰਗੀ ਆ, ਅਤੇ ਪਿੱਠ ਪੁੜੇ ਦੀ ਬਹੁਤ ਚੰਗੀ ਆ, ਅਤੇ ਬਾਕੀ ਬਿਲਕੁਲ ਐਂ ਠੰਡੀ ਬਰਫ ਵਰਗੀ ਜਿਹਨੂੰ ਕਹਿੰਦੇ ਨੇ, ਅਤੇ ਬਾਕੀ ਸਿੰਘ ਸਿੰਘ ਦੀ ਕੁਆਲਿਟੀ ਬਹੁਤ ਚੰਗੀ। ਇੱਕ ਆਪਣੇ ਕੋਲ ਆ ਗਈ ਪਹਿਲਾਂ ਪਲੂਣ ਝੋਟੀ, ਦੋਂਦੀ ਕੱਟੀ ਹੈ ਵੀਰੇ ਤੁਸੀਂ? ਹਾਂਜੀ ਬਾਈ ਜੀ, ਜੇ ਭਸਮ ਗਈ ਨਾ ਵੀਰੇ, ਹਾਂਜੀ ਲੱਗੂ ਜਿਹਦਾ ਚੌਥੇ ਸੂਏ ਹੁੰਦੀ ਵੀਰੇ, ਮੋਟਾ ਪਲੂਣ ਕੱਟੀ ਦੋਂਦੀ ਆ ਗਈ ਬਾਈ ਜੀ। ਅਤੇ ਬਾਕੀ ਖੋਲ੍ਹ ਕੇ ਕਦੀ ਤੁਹਾਨੂੰ ਦਿਖਾ ਦਿੰਦੇ ਹਾਂ। ਅਤੇ ਮਗਰ ਕੀ ਆ ਗਿਆ ਬਾਈ ਇਹਦੇ? ਕੱਟਾ ਆ ਗਿਆ ਦੇਖੋ ਜੀ, ਕੱਟਾ। ਬਾਕੀ ਬੋਡੀ ਵੇਟ ਬਹੁਤ ਚੰਗਾ ਵਾ, ਅਤੇ ਹਾਈਟ ਹੂਈਟ, ਹਾਂਜੀ ਸਪੈਸ਼ਲ ਜਿਹਨੂੰ ਕਹਿੰਦੇ ਨੇ। ਬਾਕੀ ਸਿੰਘ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਆ, ਅਤੇ 2 ਦੰਦ ਮੂੰਹ ਆ ਦੇਖੋ ਜੀ, ਕੁਆਲਿਟੀ ਬਹੁਤ ਚੰਗੀ, ਪਿੱਠ ਪੁੜੇ ਦੀ ਬਹੁਤ ਚੰਗੀ ਆ, ਪਿੱਠ ਦੀ ਕੁਆਲਿਟੀ, ਨੋਕ ਵਾਲਾ ਥਾਂ ਜਿਹਨੂੰ ਕਹਿੰਦੇ ਨੇ। ਲਿਆਓ ਲਿਆਓ ਬਾਈ ਜੀ, ਲਿਆਓ। ਮੈਂ ਸਹੀ ਗੱਲ ਹੈ ਜੀ, ਨਹੀਂ ਜੰਮਦੀਆਂ ਬਾਈ ਜੀ, 2-2 ਦੰਦ ਮੈਂ ਪਿੱਠ ਪੁੜਾ ਵੀ ਬਹੁਤ ਚੰਗਾ ਬਾਈ ਜੀ। ਅਤੇ ਬਾਕੀ ਕੁਆਲਿਟੀ ਕੁਆਲਿਟੀ ਬਹੁਤ ਚੰਗੀ ਹੈ, ਬਾਕੀ 2 ਦੰਦ ਮੂੰਹ ਕਹਿੰਦੇ ਪਰ ਨਹੀਂ ਪਲਦੀਆਂ ਬਾਈ ਜੀ। ਹਾਂਜੀ 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 ਹਾਂਜੀ। ਅਤੇ ਫਿਰ ਮੁੱਲ ਬਾਈ ਜੀ ਦਾ ਕਿੰਨਾ ਕੁ? ਹਾਂਜੀ ਮੁੱਲ ਵੀ 1,60,000 ਦੀ, 1,60 ਦੀ ਹੋ ਜਾਊ ਕੋਈ ਮਾਨਦਾਨ ਬਾਈ ਜੀ? 2,000 ਕਰ ਦਾਂਗੇ। ਇਹ ਵੀ 55 ਦੀ ਜਾਣ ਦੋ ਬਾਈ ਜੀ, ਜਾਣ ਦੋ 55 ਦੀ ਬਾਈ ਜੀ, ਸਪੈਸ਼ਲ ਜਿਹਨੂੰ ਕਹਿੰਦੇ। ਸਹੀ ਗੱਲ ਹੈ ਜੀ, ਕੱਟੀ ਉਹ ਭੁਲੇਖਾ ਲੱਗ ਗਿਆ, ਵਧਣੀ ਚਾਹੀਦੀ ਬਾਈ ਜੀ, ਸਪੈਸ਼ਲ ਜਿਹਨੂੰ ਕਹਿੰਦੇ ਨੇ। ਸਹੀ ਗੱਲ ਹੈ ਜੀ, ਬਾਕੀ ਸਿੰਘ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਆ, ਅਤੇ ਪਿੱਠ ਪੁੜਾ ਵੀ ਜਿਹਨੂੰ ਜਿਹਨੂੰ ਜਿੰਨੀ ਵੀ ਸਾਫ਼ ਕਹਿ ਦੀਏ ਬਾਈ ਜੀ, ਐਂ ਕਾਗੀ ਵਰਗੀ, ਰੇਸ਼ਮਾ ਵਰਗੀ ਆ ਜਿੰਨੀ। ਸਹੀ ਸਹੀ ਗੱਲ ਬਾਈ, ਸਹੀ 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 ਗੱਲ ਹੈ। ਅਤੇ ਬਾਕੀ ਮੁੱਲ ਵੀ ਆ ਜੈ ਜੀ ਬਾਈ ਜੀ, ਹੋਰ ਸੁਣਾਓ ਬਾਈ ਜੀ, ਠੀਕ ਠਾਕ ਬਾਈ ਜੀ? ਬਾਕੀ ਝੋਟੀਆਂ ਜਿਹੜੀਆਂ ਆਪਣੇ ਕੋਲ ਚਾਰੇ ਸਪੈਸ਼ਲ ਹੈ ਅੱਜ,
ਤੇ ਮੁੱਲ ਵੀ ਨਿਕਲ ਗਈ ਹੈ। ਤੇ ਹੋਰ ਬਾਈ ਫਿਰ ਵਧੀਆ ਵਧੀਆ, ਬਾਕੀ ਜਿੰਨੇ ਵੀ ਵੀਰ ਭਰਾ ਨੇ ਆਉਣਾ, ਹਾਂਜੀ ਬਾਈ ਜੀ, ਗੁਰਦਾਸਪੁਰ ਆ, ਹਾਂਜੀ ਹਾਂਜੀ, ਜਿਹੜੇ ਫਤਿਹਗੜ੍ਹ ਚੂੜੀਆਂ, ਹਾਂਜੀ ਹਾਂਜੀ, ਡੋਗਰੇ ਆ, ਹਾਂਜੀ ਹਾਂਜੀ, ਨੰਬਰ 9867615127 ਜੀ, ਹਾਂਜੀ ਬਾਈ ਜੀ, ਬਾਕੀ ਜੀ ਵੀਰ ਡੇਰੀ ਪਿਆਰ ਕਰਨ ਵਾਲੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ, ਬੜਾ ਬੜਾ ਮਾਣ ਪਿਆਰ ਬਖਸ਼ਿਆ ਜੀ ਹਾਂਜੀ ਜੀ। ਬਾਕੀ ਆਪਾਂ ਵੀ ਇਹੋ ਹੁੰਦਾ ਵੀ ਛੋਟਾ ਮਤਲਬ ਵੀ ਰਾਖੀ ਦਾਦੇ ਨਾ ਦੋ ਦੋ ਸੌਦੇ ਕੱਢੀ ਜਾਈਏ ਗੁਰੂ ਰਾਮਦਾਸ ਜੀ, ਮੇਰੇ ਨਾਲ ਮਤਲਬ ਵੀ ਪਰਸੋਂ ਤੱਕ ਫੇਰ 20 ਮਹੀਆਂ ਹੋਣਗੀਆਂ ਬਾਬਾ ਜੀ ਦੀਆਂ, ਹਾਂਜੀ ਹਾਂਜੀ ਹਾਂਜੀ, ਪਰ ਮਹੀਨੇ ਦੀ ਜੇ ਅਸੀਂ ਆਖਿਆ ਨਾ 150 ਮਹੀ ਬਈ ਟਪਾ ਦਾਂਗੇ, ਜਿਹੜੀ ਗੱਲ ਕਰਾਂਗੇ ਉਹਦੇ ਵੋਟ ਆਸਰੇ ਆ, ਕਿੱਥੇ ਕੋਈ ਗੁਰੂ ਰਾਮਦਾਸ ਦੀ ਕਿਰਪਾ ਜੀ ਨਾਲ ਕੋਈ ਗੱਲ ਨਹੀਂ ਹੈ, ਪਰਮਾਤਮਾ ਦਾ ਹੱਥ ਹੋਏ ਤੇ ਫੇਰ ਬਈ ਵਿਕਦੀਆਂ, ਹਾਂਜੀ ਹਾਂਜੀ, ਥੋੜੇ ਦਿਨਾਂ 'ਚ ਬਈ ਹੁਣ 25-30 ਮਹੀਆਂ ਵੇਚਦੀਆਂ, ਸਹੀ ਗੱਲ ਬਾਈ, ਸਹੀ ਗੱਲ ਹੈ ਜੀ। ਹੋਰ ਜੀ ਜੀ ਵਧੀਆ ਵਧੀਆ, ਠੀਕ ਠਾਕ, ਹਾਂ ਵਧੀਆ, ਠੀਕ ਹੈ ਬਾਈ ਜੀ, ਠੀਕ ਹੈ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।